ਹੁਣ ਘਬਰਾਹਟ ਹੋਣ ਡੀ ਉਦੋਂ ਕਹਿੰਦਾ ਬਾਬੇ ਨੂੰ ਕਹਿੰਦਾ ਬਾਬਾ ਜੂਸ ਵੀ ਦੇ ਦੋ ਸਭ ਕੁਝ ਆਉਂਦਾ ਖੀਰ ਵੀ ਉਦੋਂ ਕਹਿੰਦਾ ਉਦੋਂ ਕਹਿੰਦਾ ਫੁਲਕਾ ਨੀ ਚਗਣਾ ਬਾਬਾ ਜੀ ਖੀਰ ਆਉਂਦਾ ਦੋ ਕੜਛੀਆਂ ਤੇ ਨਾਲ ਦਹੀਂ ਹੁਣ ਚੱਲ ਪਏ ਆਪਾਂ ਇੱਥੋਂ ਗੱਡੀ 'ਚ ਬੈਠ ਗਏ ਹਾਂ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਚੱਲਾਂਗੇ ਹੁਣ ਇੱਥੋਂ ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਰੁਕਾਂਗੇ ਜਾ ਕੇ। ਲੈ ਵੀ ਅੱਜ ਰਿਕਾਰਡ ਤੋੜਤਾ ਆ ਰਾਜੂ ਨੇ ਵੀ, ਕਿੰਨੇ ਰਾਜੂ ਤਾਂ ਤੋੜਨਾ ਪੈਣਾ ਸੀ ਆਏ ਹੁਣ ਕਿ ਨਾਲਿਆ ਕਿ ਕਹਿ ਕਹਿ ਅੱਜ ਨਾਲਿਆ ਵਾ ਲਵਲੀ ਹੁਣ ਗਏ ਹੋਏ ਆਪਣੇ ਇੱਧਰ ਭਰਾ ਵੱਲ ਲਾਗੇ। ਲਵਲੀ ਦਾ ਭਰਾ ਇਸੇ ਗਲੀ 'ਚ ਹੀ ਹੈ ਕਿ ਸਿੱਧਾ ਵੀ ਅੱਗੇ ਜਾ ਕੇ ਲਾਸਟ 'ਤੇ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇਹਨਾਂ ਵਲੌਗ ਦੇ ਵਿੱਚ। ਹੁਣ ਚੱਲੇ ਹਾਂ ਅੱਜ ਆਪਾਂ ਆਪਣੇ ਬਟਾਲੇ ਸ਼ਹਿਰ, ਅਤੇ ਉਹਦਾ ਰੁਕਣਾ ਹੈਗਾ ਪਰ ਕਹਿੰਦੀ ਇਹਦਾ ਕਾਕਾ ਠੀਕ ਨਹੀਂ, ਫਿਰ ਜਲਦੀ ਜਲਦੀ ਜਾਣਾ ਪੈਣਾ ਹੁਣ ਆਪਾਂ ਨੂੰ ਬਟਾਲੇ। ਅਤੇ ਮੈਂ ਬੂਟ ਪਾਲਾਂ ਲਵਲੀ ਹੁਣ ਫੋਨ ਕਹਿੰਦੇ ਆ ਜਾਓ, ਅਜੇ ਤੱਕ ਆਏ ਨਹੀਂ ਵੀ ਆ ਜਾਓ ਛੇਤੀ। ਲਵਲੀ ਹੁਣ ਆ ਜਾਓ, ਰਾਜੂ ਡਿਆ ਸਮਾਨ ਲੈਣ ਉੱਥੋਂ, ਹਰਗੁੰਦੀ ਚੀਜ਼ੀ ਲੈਣ ਵਾਸਤੇ ਗਿਆ ਹੈ। ਬਸ ਹੋਰ ਕੀ ਲਿਆਉਣਾ, ਆ ਜਾਓ ਹੁਣ ਆ ਜਾਓ, ਮੈਂ ਜਾਵਾਂ ਉੱਥੇ, ਮੈਂ ਜਾਣਾ ਚਲ ਬਾਏ। ਚੀਜੀ ਆ ਜਾ, ਚੱਲ ਪਏ ਹੁਣ ਰਾਜੂ ਆ ਜਾ ਜਾ ਲੈ ਲੈ ਚਾਬੀ ਆਪਾਂ ਇੱਥੋਂ ਲਈ ਸੀਗੀ ਗੱਡੀ ਆਪਣਾ ਰੂਮ ਦੀ ਚਾਬੀ, ਰੂਮ ਇੱਥੋਂ ਬੁੱਕ ਕਰਵਾਇਆ ਸੀਗਾ। ਇੱਧਰ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਆ, ਮੈਨੂੰ ਚੇਤਾ ਨਹੀਂ ਆਉਂਦਾ ਹੋਣਾ, ਇਹ ਤਾਂ ਕਿਲ੍ਹਾ ਆਨੰਦਗੜ੍ਹ ਆ ਨਾ। ਬਾਬੇ ਕਹਿੰਦੇ ਰੂਮ ਤੋਂ ਰੂਮ ਜਿਹੜਾ ਲੈਣਾ 100 ਰੁਪਏ ਵਾਲੀ ਪਰਚੀ ਦਿਓ, ਇਹ ਪਤਾ ਨਹੀਂ ਕਿਹੜੀ ਪਰਚੀ ਦੇਈ ਜਾਂਦੇ ਆ ਘਣੀ। ਰਾਜੂ ਨੇ ਬੌਲੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਰਾਜੂ ਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਵਾ ਦਈਏ, ਉਸ ਤੋਂ ਬਾਅਦ ਵਿੱਚ ਬਟਾਲੇ ਨੂੰ ਜਾਵਾਂਗੇ। ਹੁਣ 10 ਮਿੰਟ ਲੱਗਣੇ ਤਾਂ ਆਈਏ, ਆ ਜਾ ਚੜ੍ਹਿਆ ਤਾਂ ਚੜ੍ਹਾਈ ਕਾਫੀ ਆ ਜੀ, ਚੜ੍ਹੀ ਚੱਲ ਬਸ ਹੁਣ ਪੌੜੀਆਂ। ਕਿਉਂ ਕਰ ਗੱਲ, 132 ਪੌੜੀਆਂ ਠੀਕ ਹੈ, ਸਾਹ ਚੜ੍ਹ ਕੇ ਉੱਧਰ ਚੜ੍ਹ ਕੇ ਆਏ ਨਾ, ਭੱਜ ਕੇ ਪੌੜੀਆਂ। ਲੈ ਵੀ ਰਾਜੂ ਨੂੰ ਦਰਸ਼ਨ ਕਰਾ ਲਿਆਂਦੇ, ਹੁਣ ਇੱਧਰ ਚੱਲੇ ਗੁਰਦੁਆਰਾ ਸਾਹਿਬ। ਇੱਥੋਂ ਕਿਲ੍ਹਾ ਆਨੰਦਗੜ੍ਹ ਤੋਂ ਇੱਧਰੋਂ ਤਾਂ ਤੁਹਾਨੂੰ ਪਤਾ ਹੀ, ਜਿਨ੍ਹਾਂ ਨੂੰ ਇੱਧਰੋਂ ਤਾਂ ਵੱਖਰੀ ਚੜ੍ਹਾਈ ਚੜ੍ਹੇ ਹਾਂ, ਅਤੇ ਅੱਗੋਂ ਜਾ ਕੇ ਫਿਰ ਠਾਂ ਗਏ, ਫਿਰ ਤਾਂ ਆਏ, ਬਹੁਤ ਹੀ ਮਾਹੌਲ ਔਖਾ ਉੱਧਰ ਨੂੰ ਜਾ ਬਹਿ। ਹੁਣ ਪ੍ਰਸ਼ਾਦਾ ਛਕ ਲਿਆ ਵਾ ਸੁੱਖ ਨਾਲ, ਖੀਰ ਸੀ ਅਤੇ ਚੌਲ ਸੀਗੇ, ਪ੍ਰਸ਼ਾਦਾ ਸੀਗਾ ਖੀਰ, ਉਹ ਖੀਰ ਤਾਂ ਕਹਿ ਤਾ ਰਹਿਤੇ ਵਾਲਾ ਦਹੀਂ ਸੀਗਾ, ਅਤੇ
ਆਪਾਂ ਬੈਠੇ ਹੁਣ ਚਾਹ ਦੀ ਵੇਟ ਕਰਨੇ, ਚਾਹ ਘੁੱਟ ਪੀ ਲਈਏ ਫਿਰ ਜਾਂਦੇ ਅੱਗੇ। ਕਰੋ ਚੱਕ ਆ ਗਿਆ ਜੂਸ, ਕਰੋ ਚੱਕ ਵਿੱਚ ਚਾਹ ਵਿੱਚ ਜੂਸ। ਤੂੰ ਨਹੀਂ ਪੀਣ ਡਿਆ, ਆਉਣ ਲੱਗਾ ਤੂੰ ਹੀ ਪੀਗਾ ਮੇਰਾ ਵੀ ਕੁਛ ਦਾ, ਸਾਰਿਆਂ ਨੂੰ ਪਿਓ, ਸਾਰਿਆਂ ਨੇ ਮੰਮੀ ਨੂੰ ਵੀ, ਸਾਰਿਆਂ ਨੂੰ ਮੈਂ ਕਹਿੰਦਾ ਪੀਣਾ ਸਾਰਿਆਂ। ਤੂੰ ਨਹੀਂ ਪੀਣਾ ਮੰਮੀ, ਮੰਮੀ ਉੱਥੇ ਰਹਿਣ ਦੇ ਬਾਬਾ ਜੀ, ਇਹਦੇ ਨਾਲ ਸਿਹਤ ਠੀਕ ਰਹਿੰਦੀ। ਕੋਈ ਗੱਲ ਨਹੀਂ ਮੈਂ ਪੀ ਲੂੰਗਾ, ਪੀ ਲੂੰਗਾ ਮੈਂ, ਫੜ ਲਾ ਯਾਰ ਮੰਮੀ ਮੈਂ ਪੀ ਲੂੰ, ਫੜ ਲਾ ਮੰਮੀ ਸਿਹਤ, ਇੰਨਾ ਇਹਨਾਂ ਦਾ ਕਾਇਮ ਹੁੰਦਾ ਬੰਦਾ। ਚੱਲ ਪੀ ਲਈ ਹੁਣ ਸਾਰੇ ਚੰਗਾ। ਅਨੰਦਪੁਰ ਸਾਹਿਬ ਨੂੰ ਜਦੋਂ ਵਾਪਸ ਜਾਂਦੇ ਨਾ ਜਾਂ ਆਈਦਾ ਬਟਾਲੇ ਵੱਲੋਂ, ਤਾਂ ਥੋੜ੍ਹੇ ਹੀ ਪਹਾੜ ਆ ਬਸ, ਉਹ ਵੀ ਵੱਢ ਵੁੱਢ ਦਿੱਤੇ ਆ, ਪਹਾੜਾਂ ਵਾਲਾ ਕੰਮ ਇੱਧਰ ਮੁੱਕ ਗਿਆ ਹੁਣ। ਆਹੋ ਯਾਰ 10-12 ਕਿਲੋ ਸਾਡਾ ਥੋੜ੍ਹੇ ਬਲੇ ਆ ਗਏ ਹੈਂ, ਉੱਧਰ ਨਹੀਂ ਖਤਮ ਹੁੰਦੇ ਬੱਲੇ ਬੱਲੇ, ਉੱਧਰ ਤਾਂ ਬਹੁਤ ਜ਼ਿਆਦਾ ਇਹਦੇ ਬਹੁਤ ਜ਼ਿਆਦਾ। ਇਹ ਆ ਵੀ ਆਹ ਸਰਕਾਰ ਦਾ ਆਹ ਕੰਮ ਗਲਤ ਹੈ, ਜਿਹੜੇ ਆਹ ਰੋਡ ਵੀ ਇਹਨਾਂ ਬਣਾਇਆ ਯਾਰ, ਇਹ ਬਣਾ ਦੇਣਾ ਚਾਹੀਦਾ ਦੱਸ, ਅਨੰਦਪੁਰ ਸਾਹਿਬ ਨੂੰ ਰੋਡ ਜਾਂਦਾ ਜੀ ਕਿ ਨਹੀਂ। ਸਦੀਆਂ ਹੀ ਹੋ ਗਈਆਂ ਲੁੱਕ ਪਈ ਨੂੰ, ਤੇ ਬਾਬੇ ਵਿਚਾਰੇ ਆਪੇ ਡੇ ਬਣਾਉਣੇ ਵਾਲਾ ਰੋਡ, ਸਹੀ ਗੱਲ ਆ। ਉਹਦਾ ਵੀ ਰੋਡ ਕਾਫੀ ਚੌੜਾ ਕਰ ਦੇਣਾ ਬਾਬਿਆਂ ਨੇ, ਡੇ ਤੇ ਹੈਗੇ ਵਧੀਆ ਕਰ ਦੇਣਾ ਵੇਖੀ ਰੋਡ ਬਾਬਿਆਂ ਨੇ, ਹੋਰ ਕੀ ਆ। ਇੱਧਰ ਆ ਸਾਰੇ ਪਹਾੜ ਕੱਟ ਦਿੱਤੇ ਕਿ ਨਹੀਂ, ਉਹ ਬਲੇ ਕਰਕੇ ਬਚਿਆ ਰਹਿ ਗਿਆ ਜਾਂ ਮਾਸਾ ਕੁ ਜਾਨਾ, ਇਹ ਵੀ ਕੱਟ ਦੇਣਾ ਨਹੀਂ ਦੇ। ਇੱਥੇ ਤੱਕ ਰੋਡ ਬਣਨਾ ਹੈ ਸਾਰਾ, ਉੱਥੋਂ ਤੱਕ ਸੇਵਾ ਦੇ ਜਾਂਦੇ। ਲੈ ਵੀ ਸਾਰੇ ਜਾਣੇ ਇੱਥੇ ਜ਼ਰੂਰ ਸੇਵਾ ਦੇ ਕੇ ਜਾਇਆ ਕਰੋ, ਜੋ ਵੀ ਸਰਦੀ ਬਣਦੀ, ਮੈਂ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਦੇ ਕੇ ਜਾਓ, 10 ਰੁਪਏ ਹੈਗੇ, 20 ਹੈਗੇ, 50 ਹੈਗੇ, 100 ਹੈਗੇ, ਸਾਰੇ ਜਾਣੇ ਤਾਂ ਦੇਖ ਜਾਇਆ, ਕਿਉਂਕਿ ਇਹ ਰੋਡ ਬਾਬਿਆਂ ਨੇ ਖੁਦ ਆਪ ਬਣਾਉਣਾ ਆਹ ਵਾਲਾ ਰੋਡ, ਸਰਕਾਰ ਨੇ ਕੋਈ ਵੀ ਕਰਨ ਡੀ, ਠੀਕ ਹੈ। ਅਤੇ ਸਾਰੇ ਜਾਣੇ ਜ਼ਰੂਰ ਸੇਵਾ ਪਾਇਆ ਕਰੋ, ਜੋ ਆਪਣੇ ਕੋਲ ਸਰਦੀ ਬਣਦੀ ਬਣੀ ਹੈ ਅਤੇ ਆਪਾਂ ਵੀ ਸੇਵਾ ਦਿੱਤੀ ਆ, ਅਤੇ ਤੁਸੀਂ ਵੀ ਸਾਰੇ ਜਾਣੇ ਜਿਹੜੇ ਇੱਧਰ ਨੂੰ ਲੰਘਦੇ ਜੀ, ਠੀਕ ਹੈ, ਜ਼ਰੂਰ ਦੇਖ ਜਾਇਆ ਕਰੋ, ਚਾਹੇ ਮਹੀਨੇ ਵਿੱਚ ਤੁਹਾਡੇ 3 ਚੱਕਰ ਲੱਗਣ ਅਤੇ ਚਾਹੇ 1 ਲੱਗੇ, ਦੇਖ ਕੇ ਜ਼ਰੂਰ ਜਾਇਆ ਕਰੋ। ਇੱਧਰ ਹੀ ਪਹਾੜ ਕੱਟਤੇ ਸਾਰੇ, ਨਹੀਂ ਇੱਥੇ ਇੱਥੇ ਪਤਾ ਨਹੀਂ ਪ੍ਰਸ਼ਾਦਾ ਛਕਿਆ ਸੀ ਇੱਥੋਂ ਆਹ ਹਾਲ 'ਚੋਂ, ਹੈ ਨਾ, ਉਹਦੇ ਦੀਦੀ ਵੀ ਨਾਲ ਹੀ ਨਾ ਵੱਡੀ, ਉਹਦੇ ਭੱਜ ਕੇ ਪਈ ਦਾ ਵੀ ਪਕੌੜਿਆਂ ਨੂੰ ਕਿ ਨਹੀਂ, ਉਹ ਡਿੱਗ ਪੈਣ ਲੱਗੀ ਹਿਸਾਬ ਲੈਣਾ, ਇੰਨੀ ਤੇਜ਼ ਗਈ ਨਾ, ਹੈਂ ਉਹ ਮੈਂ ਕੰਧ 'ਚ ਵੱਜ ਜਾਂਦੀ। ਮੱਕੀ ਦੀ ਰੋਟੀ ਹਾਂ, ਨਾਲ ਪੈਕ ਕਰਾ ਕੇ ਲੈ ਗਈ, ਸਹੀ ਗੱਲ ਹੀ। ਆਹ ਵੇਖ ਲਓ ਬਾਬਿਆਂ ਨੇ ਰੋਡ ਜਿਹੜਾ ਨੀ ਕਿੱਦਾਂ ਪੱਧਰਾ ਕਰ ਦਿੱਤਾ ਹੈ, ਏਦਾਂ ਦਾ ਇੰਨਾ ਚੌੜਾ ਰੋਡ ਹੋਣਾ ਜੀ, ਇਹ ਕਿੰਨਾ ਕਿਹਾ 35 ਫੁੱਟ ਕਿ 40, 35 ਫੁੱਟ ਰੋਡ ਚੌੜਾ ਹੋਣਾ ਹੈ। ਪਹਿਲਾਂ ਤੇ ਇਹ ਗੱਲ ਲਵਲੀ ਦਾ ਕੰਮ ਖਰਾਬ ਤੇ ਹੁਣ ਹੋ ਗਿਆ ਰਾਜੂ ਦਾ ਕੰਮ ਖਰਾਬ, ਇਹ ਸਾਰੇ ਜਾਣੇ ਹੱਸੀ ਜਾਣ ਡਿਆ, ਕਹਿੰਦੇ ਉਹ ਲੈ ਵੀ, ਉਹ ਕਹਿੰਦਾ ਮੈਨੂੰ ਨੀ ਕੁਛ ਹੁੰਦਾ, ਮੈਨੂੰ ਨੀ ਕੁਛ ਹੁੰਦਾ, ਤੇ ਉਹਦਾ ਵੀ ਹੋ ਗਿਆ ਕੰਮ ਖਰਾਬ, ਹੁਣ ਬਾਹਰ ਡਿਆ ਜਾਂ ਬੰਟਿੰਗ ਕਰਨ ਡਿਆ, ਬਾਹਰ ਗਿਆ ਜੀ। ਇੱਕ ਪਤਾ ਨਹੀਂ ਮੇਰੇ ਫੋਨ ਦੀ ਆਵਾਜ਼ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ, ਹੁਣ ਫਿਰ ਨਹੀਂ ਆਹ ਵਾਲੀ ਕਲਿੱਪ ਦੀ ਆਵਾਜ਼ ਹੀ ਨਹੀਂ ਆਈ ਵੀ। ਤੁਸੀਂ ਸਾਰੇ ਜਾਣੇ ਕਹਿੰਦੇ ਲਵਲੀ ਦਾ ਅਤੇ ਰਾਜੂ ਦਾ ਨੇਚਰ ਬਹੁਤ ਵਧੀਆ, ਉਹਦੇ ਲਈ ਤੁਹਾਡਾ ਸਾਰੇ ਜਾਣੇ ਦਾ ਥੈਂਕ ਯੂ।
ਉਹਨੂੰ ਗੁਲਾਬ ਪੂਰਾ ਭਰ ਕੇ ਪੀਤਾ। ਅਰੇ ਵਖਾਉਂਦਾ ਯਾਰ ਕਮਣ ਕੀ ਕਰ ਡਿਆ ਵੇਖ ਕੇ ਮੰਦੇ ਹਾਲ। ਹੁਣ ਘਬਰਾਹਟ ਹੋਣੀ ਉਦੋਂ ਕਹਿੰਦਾ ਬਾਬੇ ਨੂੰ, ਕਹਿੰਦਾ ਬਾਬਾ ਜੀ ਜੂਸ ਵੀ ਦੇ ਦਿਓ ਸਭ ਕੁਝ ਉਹਨੂੰ, ਖੀਰ ਵੀ। ਉਦੋਂ ਕਹਿੰਦਾ ਉਦੋਂ ਕਹਿੰਦਾ ਫੁਲਕਾ ਨਹੀਂ ਜਗਣਾ ਬਾਬਾ ਜੀ, ਖੀਰ ਆਉਂਦਾ ਦੋ ਕੜਛੀਆਂ ਤੇ ਨਾਲ ਦਹੀਂ। ਹੈਂ ਚੱਲ ਕੋਈ ਨੀ ਕੋਈ ਨੀ, ਚੱਲ ਰੁਕਣਾ ਦੋ ਮਿੰਟ ਰੁਕ ਜਾ ਫਿਰ। ਗੁਲਾਬ ਪਿਆ ਦਿੰਦਾ ਇਥੋਂ ਹੈ ਜੇ ਦਿਲ ਨੂੰ। ਸੰਦੀਪ ਕਹਿੰਦੀ ਉਹ ਜਦੋਂ ਨਾ ਆਪਾਂ ਹੁਸ਼ਿਆਰਪੁਰ ਪਹੁੰਚ ਜਾਣਾ ਨਾ ਉੱਥੇ ਇਹਨੇ ਕੁਲਚਾ ਖਾਣਾ, ਤੇ ਮੈਂ ਕੁਲਚਾ ਹੁਣੇ ਖਾਣਾ, ਹੁਣੇ ਕਿਉਂ ਵੰਡਿਆ, ਹੁਣੇ ਖਾਣਾ ਹੀ, ਹੁਣੇ ਖਾ ਲਓ ਯਾਰ ਚੰਗਾ ਸਗੋਂ ਹੁਣ ਟਾਈਮ ਨਾਲ ਖਾਧਾ ਜਾਊਗਾ। ਜਲੰਧਰ ਆਪਾਂ ਪਹੁੰਚਣ ਵਾਲੇ, ਜਲੰਧਰ ਰਹਿ ਗਿਆ ਇੱਥੋਂ 5-6 ਕਿਲੋਮੀਟਰ। ਅਤੇ ਕਹਿੰਦੀ ਤਾਂ ਹੁਣੇ ਫੋਨ ਆਇਆ ਅਤੇ ਉਹ ਰਵਿੰਦਰ ਦੇ ਹੋਸਪਿਟਲ ਕਾਕਾ ਐਡਮਿਟ ਕਰਵਾਇਆ, ਉਹ ਇਨਫੈਕਸ਼ਨ ਹੋਈ ਹੈ ਕਾਕੇ ਨੂੰ ਪੇਟ ਦੇ ਵਿੱਚ ਬਹੁਤ ਜ਼ਿਆਦਾ, ਅਤੇ ਉਹ ਪੋਟੀਆਂ ਕਰੀ ਜਾਣ ਡਿਆ, ਅਤੇ ਉਹਦਾ ਕਰਕੇ ਥੋੜ੍ਹਾ ਆਪਾਂ ਨੂੰ ਜਲਦੀ ਜਾਣਾ ਪੈਣ ਡਿਆ। ਗੱਡੀ ਮਗਰੋਂ ਤਾਂ ਐਵੇਂ ਅੱਖਾਂ ਵਾਵਾ ਤੇਜ਼ ਲਿਆਉਂਦੀ ਖਿੱਚ ਕੇ 100 ਦੇ ਲਾਗੇ ਜਾ ਕੇ ਆਏ, 100-110 ਇੱਦਾਂ ਨਵੇਂ ਸ਼ਹਿਰ ਥਾਣੇ ਬਿਆਸ ਵਾਲੇ ਟੋਲ ਪਲਾਈ ਦਾ ਹਾਲ ਵੇਖੋ ਜ਼ਰਾ, ਤੁਸੀਂ ਕਿੱਦਾਂ ਜਾਮ ਲੱਗਾ ਹੋਇਆ ਜੀ, ਤੁਹਾਨੂੰ ਇੱਧਰ ਵੀ ਲੱਗਾ ਵਾ ਲੈਣਾ ਵਾਲੇ ਵਾਲੇ ਲੰਮਾ। ਕੀ ਹੋਇਆ ਤੂੰ ਘੜੀ ਮੁੜੀ ਝਾੜੀਆਂ ਨੂੰ ਜਾਈ ਜਾਂਦਾ, ਇੱਥੇ ਕਰਾ ਲਾਂਗਾ ਬੰਸ ਛੋਲੇ। ਪਿੱਛੇ ਜਾਮ ਹੀ ਬੜਾ ਲੱਗਾ, ਟੋਲ ਪਲਾਜ਼ਾ ਬੜਾ ਜਾਮ ਹੀ ਬਹੁਤ ਜ਼ਿਆਦਾ, 5 ਕਰਦੇ 5 ਅਤੇ ਹੱਲਾ ਮਾਰਦੇ। ਲੈ ਵੀ ਉਬਲੇ ਹੋਏ ਛੋਲੇ ਵੀਰ ਨੇ ਰੱਖੇ ਨੇ, ਕਿਆ ਬਾਤ, ਇਹ ਆ ਵੀ ਇਹਦੇ ਥੋੜ੍ਹੀ ਸਾਫ਼ ਸਫਾਈ ਆ। ਉਹ ਵੀਰ ਦੇ ਜਿਹੜੇ ਉਹ ਰੇਹੜੀ ਨਹੀਂ ਲੱਗੀ ਉਹ ਸਾਹਮਣੇ, ਉਹਦੇ 'ਤੇ ਉੱਲੀ ਲੱਗੀ ਗਈ, ਉਹਦੇ ਉਹਨੂੰ ਬੰਦ ਜੇ ਨੂੰ ਉੱਲੀ ਲੱਗੀ ਯਾਰ। ਅਰੇ ਕਿਆ ਬਾਤ ਹੈ, ਲੈ ਵੀ ਰਾਜੂ ਇੱਕ ਫੜਵਾ ਫੜੀ ਜਾ ਹੁਣ, ਕਰਦੇ 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 ਖਿੱਚ ਕੇ ਜਰਾ ਕੰਮ। ਮਿਰਚ ਨੋਰਮਲ ਪਾਈਏ ਨਾ, ਆ ਮਿਰਚ ਨਾ ਕਦੇ ਜ਼ਿਆਦਾ ਪਾ ਦੇ ਗੁਰੂ, ਆ ਬੰਦਾ ਸਾਡਾ ਮਿਰਚ ਖਾ ਬਿਮਾਰ ਹੋ ਜਾਂਦਾ ਹੈ। ਨਹੀਂ ਮਿੱਠੀ ਉਹਨੇ ਪਾ ਤੀ ਕਿ ਇਹ 'ਚ ਖੱਟੀ ਇਹਨੇ ਚੜ੍ਹਨੀ, ਖੱਟ ਮਿੱਠੀ ਦੋਵੇਂ ਹੀ। ਲੈ ਆਪਕਾ ਕਿਆ ਨਾਮ ਹੈ? ਹਾਂਜੀ ਪਵਨ ਕੁਮਾਰ। ਅੱਛਾ ਅੱਛਾ, ਲੈ ਵੀ ਰੇਹੜੀ ਵਿਖਾ ਦਿੰਦੇ, ਲੈ ਚੱਕ ਬਈ ਕਰੋ ਚੱਕ। ਬਿਆਸ ਪਹੁੰਚਣ ਵਾਲੇ ਆ, ਵੇਖੋ ਬਿਆਸ ਸੱਚ ਪਹੁੰਚ ਗਏ, ਪਹੁੰਚਣ ਵਾਲੇ ਕਹਿਣ ਡਿਆ ਬਿਆਸ ਪਹੁੰਚ ਗਏ। ਹਰ 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 ਆਹ ਵੇਖੋ ਬਿਆਸ ਲਿਖਿਆ ਹੈ, ਜਦੋਂ ਇੱਕ ਕਰਾ ਲਿਆ ਸਾਰਿਆਂ ਨੇ ਖਾ ਲੈਣਾ ਵਾ, ਹਰ ਕੋਈ ਨੇ ਨਹੀਂ ਬਸ ਖਾਣਾ। ਕੀ ਚਾਹ, ਚਾਹ ਬਣੀ, ਚਾਹ ਵੀ ਹੈਗੀ। ਕੀ ਹੋਇਆ ਹਰ ਗੁਣ, ਪਾਣੀ ਨਹੀਂ ਪੀਣਾ ਤੇ ਦੁੱਧ ਪੀ ਲੈ। ਵੀ ਆ ਵੀ ਰੋਡ ਕਿਤੇ ਬਣਿਆ ਸ਼ੁਕਰ ਹੈ ਕਦੇ, ਆਹ ਬਾਬੇ ਪਕਾਲੇ ਵਾਲਾ ਰੋਡ ਨੀ ਜਿਹੜਾ, ਇਹ ਸਾਰਾ ਟੁੱਟਾ ਸੀ ਨਾ,
ਗੁਰਦੁਆਰੇ ਤੋਂ ਪਿੱਛੇ ਸਾਰਾ ਹੀ ਰੋਡ ਆਪਣਾ ਟੁੱਟਾ ਹੈਗਾ। ਇਹ ਪੁੱਲ ਤੋਂ ਹੁਣ ਮਤਲਬ ਅੰਦਰ ਨੂੰ ਐਂ ਬਟਾਲੇ ਆਉਂਦੇ ਤਾਂ ਰੋਡ ਉੱਦਾਂ ਬਣਿਆ ਵਾ, ਗਾੜੀ ਪਤਾ ਨਹੀਂ ਅੱਜ ਕਿੰਨਾ ਕੁ ਬਣਿਆ ਹੋਊਗਾ। ਹਾਂ ਬੜਾ ਤਕੜਾ ਗੰਦ ਸੀ ਜਿਹੜਾ ਕੱਢ ਦਿੱਤਾ ਹੈ ਲੈ ਨਹੀਂ, ਰੋਡ ਬਣ ਗਿਆ ਬੜਾ ਮੰਦਾ ਵਾਲੇ। ਮੈਨੂੰ ਤਾਂ ਨਾ ਆਹ ਰੋਡ 'ਤੇ ਹੁਣ ਲੱਗਿਆ ਖੇਜੀ ਬੜੀ ਚੜ੍ਹਦੀ ਹੁੰਦੀ ਆ, ਨਜ਼ਾਰੇ ਬੰਨ ਤੇ ਮੁੰਡਿਆ ਭਲੇ ਮਾਨਸਾ ਬਹੁਤ ਵਧੀਆ ਕਰਤਾ ਕੰਮ। ਬਟਾਲਾ ਐਂਟਰ ਕਰ ਗਏ ਹਾਂ ਅਤੇ ਅੱਚਲ ਸਾਹਿਬ ਆਪਣਾ ਪਾਰ ਕਰ ਗਏ ਹਾਂ। ਕਿਉਂ ਗਾੜੀ ਆ ਗਿਆ ਮਾਤਾ ਸਲਖਣੀ ਦੇ ਗੇਟ 'ਤੇ, ਮੈਂ ਮੰਮੀ ਨੂੰ ਕਹਿਣ ਡਿਆ ਮੈਂ ਵੀ ਡੈਡੀ ਜੀ ਨੂੰ ਫੋਨ ਕਰਕੇ ਕਹੋ ਵੀ ਚਾਬੀ ਕਿੱਥੇ ਆ ਵੀ, ਉਹਨਾਂ ਪਹਿਲਾਂ ਫੋਨ ਕਰ ਦਿਓ ਇਹ ਨਾ ਮੁੜ ਕੇ ਪਲਾਟ 'ਚ ਗਏ ਹੋਣ ਅਤੇ ਆਪਾਂ ਬਾਹਰ ਵੇਟ ਕਰਦੇ ਫਿਰੀਏ। ਲੈ ਵੀ ਰਾਜੂ ਸੇਠ ਉਹਨਾਂ ਨੂੰ ਵਧਾਈਆਂ, ਇਹ ਆਪਣੇ ਘਰੇ ਪਹੁੰਚ ਗਏ ਨੇ। ਕੱਢ ਲਿਆ ਸਮਾਨ ਬੈਗ ਆਪਣਾ ਨਵਾਂ ਲੈ ਲਓ। ਨਵਾਂ ਬੈਗ ਨਵਾਂ ਕੱਢ ਲੈਣਾ ਬਸ ਠੀਕ ਆ। ਓਕੇ ਓਕੇ ਪਹੁੰਚ ਗਏ ਘਰੇ ਡੈਡੀ ਚਾਬੀ ਲਾਗੇ ਦੁਕਾਨ ਦੁਕਾਨ ਵਾਲੇ ਨੂੰ ਫੜਾ ਜਾਂਦਾ ਹੁੰਦਾ ਨਾ ਸਾਡੇ ਅੰਕਲ ਨੂੰ ਦੇਵ ਕੱਢਣ ਲਈ ਸਮਾਨ ਹਾਲੇ ਚਾਬੀ ਤੋਂ ਮੈਂ ਬੈਗ ਕੱਢਦਾ, ਚਾਬੀ ਲੈ ਜਾ ਫੜ ਮੈਂ ਬੈਗ ਕੱਢਦਾ ਵੱਡਾ ਮੈਂ ਛੱਡ ਦੇ ਮੈਂ ਆ ਜਾਣ ਮਗਰ ਆ ਗਈ ਉਹ। ਲੈ ਵੀ ਹੁਣ ਮੈਂ ਅਤੇ ਮੰਮੀ ਜਾ ਰਹੇ ਹਾਂ ਹੋਸਪਿਟਲ ਅਤੇ ਸੰਦੀਪ ਘਰੇ ਹੀ ਆ ਗੁੜੀਆ ਵੀ ਅਤੇ ਡੈਡੀ ਹੋਸਪਿਟਲ ਗਏ ਹੋਏ ਨੇ, ਡੈਡੀ ਨੂੰ ਫੋਨ ਕਰਕੇ ਪੁੱਛਿਆ ਸੀਗਾ ਅਤੇ ਇਹ ਆਪਣਾ ਰਵਿੰਦਰ ਦੇ ਹੋਸਪਿਟਲ ਅਤੇ ਅੱਜ ਸ਼ਾਇਦ ਸ਼ਾਮਾਂ ਤੱਕ ਛੁੱਟੀ ਮਿਲ ਜੇ ਜਾਂ ਕੱਲ੍ਹ। ਹਾਂ ਅੱਜ ਤਾਂ ਮੈਂ ਸਾਨੂੰ ਕਹਿੰਦੇ ਆ ਬਾਕੀ ਪਤਾ ਕੋਈ ਨਹੀਂ। ਲੈ ਵੀ ਹੁਣ ਆਇਆ ਕਾਕਾ ਹੁਣ ਠੀਕ ਆ, ਥੋੜ੍ਹਾ ਫਰਕ ਆ ਵੀ ਅਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਉਹਦਾ ਟੈਸਟ ਹੁਣ ਕਰਵਾਇਆ ਵਾ ਹੁਣ ਠੀਕ ਆ। ਕੱਲ੍ਹ ਪਰ ਛੁੱਟੀ ਅੱਜ ਨਹੀਂ ਮਿਲਣੀ, ਕਹਿੰਦੇ ਆ ਵੀ ਛੁੱਟੀ ਮਿਲੂਗੀ ਕੱਲ੍ਹ, ਕੱਲ੍ਹ ਮਿਲ ਜੂਗੀ 10 ਵਜੇ ਦੇ ਲਾਗੇ ਚਾਗੇ ਛੁੱਟੀ ਮਿਲ ਜੂਗੀ। ਚੀਜ਼ੀ ਲੈਣ ਆਈ ਵੀ ਚੱਲ ਚੱਲ ਜਾ 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 ਭਾਜੀ ਆਏ ਆ ਘਰੇ ਅਤੇ ਪਾਣੀ ਗਰਮ ਖੜਨਾ ਹੈਗਾ ਭਾਜੀ ਹੋਣਾ ਨੇ ਡੈਡੀ ਡੇ ਪਾਣੀ ਗਰਮ ਕਰਨ। ਚਲੋ ਠੀਕ ਆ ਜੀ, ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੋਗ ਵਧੀਆ ਲੱਗਾ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।